ਮੇਜਰ ਓਬਰ ਕੰਪੀਟੀਟਰ ਔਲਾ ਨੇ ਆਸਟ੍ਰੇਲੀਆ ਵਿੱਚ ਰਾਈਡ ਸ਼ੇਅਰ ਆਪਰੇਸ਼ਨਾਂ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਦੁਨੀਆ ਦੀਆਂ ਸਭ ਤੋਂ ਵੱਡੀਆਂ ਰਾਈਡ ਸ਼ੇਅਰ ਕੰਪਨੀਆਂ ਵਿੱਚੋਂ ਇੱਕ ਔਲਾ ਨੇ ਗਾਹਕਾਂ ਨੂੰ ਭੇਜੀ ਇੱਕ ਈਮੇਲ ਵਿੱਚ ਆਸਟ੍ਰੇਲੀਆ ਬਾਜ਼ਾਰ ਵਿੱਚੋਂ ਆਪਣੀਆਂ ਸੇਵਾਵਾਂ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਸਮਝਿਆ ਜਾਂਦਾ ਹੈ ਕਿ ਆਸਟ੍ਰੇਲੀਆ ਲੋਕ ਸ਼ੁੱਕਰਵਾਰ 12 ਅਪ੍ਰੈਲ ਤੋਂ ਓਲਾ ਬੁੱਕ ਨਹੀਂ ਕਰਵਾ ਸਕਣਗੇ। ਈਮੇਲ ਪ੍ਰਾਪਤ ਕਰਨ ਵਾਲੇ ਗਾਹਕਾਂ ਨੂੰ ਕੰਪਨੀ ਦੁਆਰਾ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਉਸ ਮਿਤੀ ਤੋਂ ਬਾਅਦ ਓਲਾ ਡਰਾਈਵਰ ਹੋਣ ਦਾ ਦਾਅਵਾ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲ ਕਾਰ ਦੇ ਵਿੱਚ ਨਾ ਜਾਣ। ਕੰਪਨੀ ਨੇ ਪਰਥ ਅਤੇ ਮੈਲਬਰਨ ਵਿੱਚ ਗਾਹਕਾਂ ਦੁਆਰਾ ਪ੍ਰਾਪਤ ਕੀਤੀ ਈਮੇਲ ਦੇ ਵਿੱਚ ਕਿਹਾ ਹੈ ਕਿ ਓਲਾ ਤੁਹਾਡੇ ਖੇਤਰ ਵਿੱਚ ਕੰਮਕਾਜ ਬੰਦ ਕਰ ਦੇਵੇਗੀ ਅਤੇ ਬਾਅਦ ਵਿੱਚ ਇਸ ਜਾਣਕਾਰੀ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਸਾਂਝਾ ਕੀਤਾ ਹੈ। ਸੂਤਰਾਂ ਮੁਤਾਬਕ ਓਲਾ ਦਾ ਪੂਰਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੈਟਵਰਕ ਬੰਦ ਹੋ ਸਕਦਾ ਹੈ। ਈਮੇਲ ਦੇ ਅਨੁਸਾਰ ਗਾਹਕ ਅਜੇ ਵੀ ਟੈਕਸ ਅਤੇ ਕਾਰੋਬਾਰੀ ਉਦੇਸ਼ਾਂ ਲਈ 11 ਮਈ ਤੱਕ ਆਪਣੇ ਖਾਤੇ ਦੀ ਜਾਣਕਾਰੀ ਲੈ ਸਕਦੇ ਹਨ। ਈਮੇਲ ਦੇ ਵਿੱਚ ਕਿਹਾ ਗਿਆ ਹੈ ਕਿ 11 ਮਈ 2024 ਤੋਂ ਬਾਅਦ ਤੁਹਾਡੇ ਕੋਲ ਆਪਣੀ ਐਪ ਤੱਕ ਪਹੁੰਚ ਨਹੀਂ ਰਹੇਗੀ। ਓਲਾ ਨੇ ਅਜੇ ਤੱਕ ਈਮੇਲ ਤੇ ਜਨਤਕ ਤੌਰ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੂੰ ਸਿਡਨੀ, ਮੈਲਬੋਰਨ, ਬ੍ਰਿਸਬੇਨ, ਗੋਲਡ ਕੋਸਟ, ਕੈਨਬਰਾ, ਐਡਲੈਂਡ ਅਤੇ ਪਰਥ ਦੇ ਵਿੱਚ ਆਪਰੇਸ਼ਨ ਦੇ ਨਾਲ ਨਾਲ ਆਸਟ੍ਰੇਲੀਆ ਵਿੱਚ ਵਿਸਤਾਰ ਕਰਨ ਤੋਂ ਪਹਿਲਾਂ 2011 ਵਿੱਚ ਭਾਰਤ ਦੇ ਵਿੱਚ ਵੀ ਲਾਂਚ ਕੀਤਾ ਗਿਆ ਸੀ। ਇਹ ਨਿਊਜ਼ੀਲੈਂਡ ਅਤੇ ਯੂਕੇ ਦੇ ਵਿੱਚ ਵੀ ਸੇਵਾਵਾਂ ਦੇ ਰਹੀ ਹੈ। ਓਲਾ ਨੇ ਇਸ ਹਫ਼ਤੇ ਵਿੱਚ ਆਪਣੀ ਫੇਅਰਵੈਲ ਈਮੇਲ ਦੇ ਵਿੱਚ ਕੰਪਨੀ ਨਾਲ ਸਵਾਰੀ ਕਰਨ ਲਈ ਗਾਹਕਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਆਪਣੀ ਈਮੇਲ ਦੇ ਵਿੱਚ ਲਿਖਿਆ ਹੈ, ਅਸੀਂ ਓਲਾ ਲਈ ਤੁਹਾਡੇ ਸਾਰਿਆਂ ਦੇ ਸਮਰਥਨ ਲਈ ਦਿਲੋਂ ਧੰਨਵਾਦ ਕਰਦੇ ਹਾਂ। ਬਿਊਰੋ ਰਿਪੋਰਟ, ਐਨਜੈਡ, ਪੰਜਾਬੀ ਨਿਊਜ਼।